ਬੀਜਪੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਸੰਪਰਕ ਕਰ ਰਹੀ ਕਿ ਉਹ ਮਸਲੇ ਦਾ ਹੱਲ ਕਰਨ ਦੇ ਲਈ ਵਿਚ ਪੈ। ਮੈਂ ਬੜੀ ਰਿਕਵੈਸਟ ਕੀਤੀ ਹੈ ਖਾਲੀ ਮੈਂ ਬੰਦੇ ਨੇ ਮੈਂ ਕਹਿੰਦਾ ਅਸੀਂ ਲੋਕਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਬੜਾ ਮਾਨ ਸਨਮਾਨ ਦਿੱਤਾ ਹੈ ਬੜੀ ਇੱਜ਼ਤ ਦਿੱਤੀ ਹੈ ਕਾਵਤ ਹੈ ਵੀ ਸਾਨੂੰ ਬੜੇ ਮਿੱਠੇ ਖਿਲਾਏ ਦੇ ਮਿੱਠਾ ਹੁਣ ਖਾਰਾ ਜਿਹੜਾ ਹੈ ਕੋੜਾ ਖਾਰਾ ਉਹ ਖਾਣਾ ਚਾਹੀਦਾ ਲੋਕਾਂ ਦੇ ਨਾਲ ਆਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਜੀ ਨਾਲ ਮਿਲ ਕੇ ਗੱਲ ਕਰਨ ਮੋਦੀ ਸਾਹਿਬ ਹੈ ਅਮਿਤ ਸ਼ਾ ਜੀ ਹੈ ਰਾਜਨਾਥ ਜੀ ਹੈ ਨਰਿੰਦਰ ਤੋਮਰ ਜੀ ਹੈ ਇਹ ਗੱਲ ਤਾਂ ਨਹੀਂ ਕੋਈ ਗੱਲ ਲੇਕਿਨ ਉਹ ਤਾਂ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਅਕਾਲੀ ਦਲ ਹੋਵੇ ਉਹ ਕਹ ਰਿਹਾ ਕਿ ਅਸੀਂ ਕਾਨੂੰਨ ਰੱਦ ਕਿਤੇ ਜਾਣ ਅਸੀਂ ਤਾਂ ਕਿਸਾਨਾਂ ਦੇ ਭਲੇ ਲਈ ਇਹ ਕਹਿ ਰਹੇ ਹਾਂ ਔਰ ਇਸੇ ਕਰਕੇ ਐਲਾਈਅੰਸ ਵੀ ਤੋੜਤਾ ਹੈ ਇਸੇ ਕਰਕੇ ਅਵਾਰਡ ਵੀ ਵਾਪਸ ਕਰਤਾ ਔਰ ਇਸੇ ਕਰਕੇ ਆਪਣੇ ਸਾਥੀ ਤੋਂ ਵੱਖਰੇ ਵੀ ਹੋ ਗਏ ਇਸੇ ਕਰਕੇ ਮੰਤਰੀ ਪਦ ਵੀ ਛੱਡ ਦਿੱਤਾ ਪੰਕਜ ਜੀ ਗੱਲ ਸੁਣੋ ਅੱਜ ਤੱਕ ਜਿਹੜੀ ਅਸੀਂ ਗੱਲ ਕਰ ਰਹੇ ਆ ਨਾ ਜੀ ਅਸੀਂ ਵੋਟਾਂ ਦੇ ਵਾਸਤੇ ਕਰ ਰਹੇ ਆ ਹਾਂ ਅੱਜ ਤੱਕ ਅਸੀਂ ਜੋ ਬਿਆਨ ਬਾਜੀ ਜੋ ਵੀ ਦੇ ਰਹੇ ਨਾ ਉਹ ਦੇਖ ਰਿਹਾ ਕਿ ਅਸੀਂ ਆ ਇੱਕ ਬਾਜ਼ਾਰ ਆ ਗਿਆ ਅਜੇ ਸਮੱਸਿਆ ਹੈ ਤਾਂ ਅਸੀਂ ਵੋਟ ਲੁੱਟ ਲਈਏ ਅਜ ਵੋਟ ਦੇ ਲੁੱਟੇਰੇ ਬਣ ਕੇ ਅਸੀਂ ਫਿਰ ਰਹੇ ਆ ਮੈਂ ਕਹਿਣਾ ਚਾਹਨਾ ਕਿ ਜੇ ਅਗਰ ਸਾਡੀ ਕੋ